ਆਪਾਂ ਪਹੁੰਚ ਚੁੱਕੇ ਹਾਂ ਸੰਗਰੂਰ। ਸੰਗਰੂਰ ਮਤਲਬ ਸੰਗਰੂਰ ਜ਼ਿਲ੍ਹੇ ਦਾ ਸੰਗਰੂਰੀਏ। ਸੰਗਰੂਰੀਏ ਬਹੁਤ ਮਸ਼ਹੂਰ ਆ, ਬੜੀ ਮੁਹੱਬਤ ਲਈ ਮਸ਼ਹੂਰ ਆ ਸੰਗਰੂਰ। ਬੜੇ ਇਮੋਸ਼ਨਲ ਲੋਕ ਆ ਸੰਗਰੂਰ ਦੇ। ਸੰਗਰੂਰ ਦੇ ਵਿੱਚ ਪਹੁੰਚ ਚੁੱਕਿਆ, ਸੰਗਰੂਰ ਜ਼ਿਲ੍ਹੇ ਦੇ ਵਿੱਚ ਪਹੁੰਚ ਚੁੱਕਿਆ। ਪਿੰਡ ਹੈਗਾ ਇਹ ਫਰਵਾਹੀ। ਆਪਾਂ ਆ ਗਏ ਹਾਂ ਨਾਗ ਰੈਡੀ ਘੋੜਾ ਜਿਹੜਾ ਉਹਦੇ ਘਰ ਆ ਗਏ ਹਾਂ, ਸਰਬਜੀਤ ਬਾਈ ਦੇ ਘਰ ਆ ਗਏ ਹਾਂ। ਆ ਜਾਓ ਆਪਾਂ ਚੱਲਦੇ ਹਾਂ, ਮੈਂ ਤੁਹਾਨੂੰ ਲੈ ਕੇ ਚੱਲਦਾ ਉਹਨਾਂ ਦੇ ਘਰ। ਕਿਹੋ ਜਿਹੀ ਰੌਣਕ ਆ ਸਾਡੇ ਆਉਣ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦਿੰਦਾ। ਦੇਖੋ ਮੋਟਰਸਾਈਕਲ ਖੜ੍ਹੇ, ਮੋਟਰਸਾਈਕਲ ਖੜ੍ਹੇ ਆ, ਉੱਧਰਲੇ ਪਾਸੇ ਗੱਡੀਆਂ ਵੀ ਖੜ੍ਹੀਆਂ। ਅਤੇ ਆ ਅਸੀਂ ਪਹਿਲਾਂ ਘੋੜਾ ਫਲਮਾ ਹਟੇ ਹਾਂ। ਇਹ ਮੈਂ ਦੁਬਾਰਾ ਐਂਟਰ ਕੀਤਾ, ਬਾਈ ਦੇ ਮੈਕ ਲਾ ਗਏ ਸੀ। ਆਹ ਸਾਰਾ ਆਰ ਪਰਿਵਾਰ ਤੁਹਾਨੂੰ ਦਿਖਾਉਣਾ ਜ਼ਰੂਰੀ ਸੀਗਾ। ਆਹ ਵੇਖਿਓ, ਅਤੇ ਇੱਥੇ ਬੈਠਾ ਬਾਈ ਸਰਬਜੀਤ। ਆ ਜਾ ਬਾਈ, ਆਪਾਂ ਦਰਸ਼ਕਾਂ ਨਾਲ ਵੀ ਤੁਹਾਨੂੰ ਰੂਬਰੂ ਕਰਾ ਦਈਏ। ਪਹਿਲਾਂ ਤੁਹਾਡਾ ਕਰ ਦਿੰਦੇ ਹਾਂ ਮਾਈਕ ਔਨ। ਮਾਈਕ ਹੋ ਗਿਆ ਜੀ ਔਨ। ਅਤੇ ਸਾਰਿਆਂ ਨੂੰ ਪਹਿਲਾਂ ਤਾਂ ਭਰਾਵੋ ਬਾਈ ਸਰਬਜੀਤ ਹੋਣਾ ਵੱਲੋਂ, ਸਾਰੀ ਜਿੰਨੇ ਪਰਿਵਾਰ ਆ ਸਾਰਿਆਂ ਵੱਲੋਂ ਸਤਿ ਸ਼੍ਰੀ ਅਕਾਲ ਬਾਈ। ਅਤੇ ਸਾਡੇ ਦਰਸ਼ਕਾਂ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ। ਅਤੇ ਹੁਣ ਆਪਾਂ ਨਾਲ ਦੀ ਨਾਲ ਆਪਾਂ ਬਾਈ ਹੋਣਾ ਨੇ ਜਿੰਨੇ ਇੱਥੇ ਬੰਦੇ ਆਏ ਆ ਸਾਰਿਆਂ ਨਾਲ ਵੀ ਜਾਣ ਪਹਿਚਾਣ ਕਰਾਂਗੇ, ਨਾਲ ਦੀ ਨਾਲ ਬਾਈ ਹੋਣਾ ਦੇ ਤਜਰਬੇ ਵੀ ਪੁੱਛਾਂਗੇ। ਕਦੋਂ ਕਦੇ ਘੋੜੇ ਰੱਖਦੇ ਆ ਇਹ, ਅਤੇ ਕੀ ਇਸ ਘੋੜੇ ਦੇ ਸੰਬੰਧ ਸੀ ਤਜਰਬਾ। ਆ ਜਾ ਬਾਈ ਸਰਬਜੀਤ, ਆਪਾਂ ਘੋੜੇ ਤੋਂ ਸ਼ੁਰੂ ਕਰਦੇ ਹਾਂ। ਹਾਂਜੀ ਬਾਈ ਜੀ। ਸਰਬਜੀਤ, ਫਿਰ ਇਹ ਬਾਈ ਕਿੱਥੋਂ ਲਿਆਂਦਾ ਸੀ ਘੋੜਾ? ਇਹ ਵੀਰੇ ਆਪਣੇ ਘਰ ਦੀ ਘੋੜੀ ਦਾ ਬੱਚਾ ਹੈਗਾ ਜੀ ਇਹ। ਜੀ ਹਾਂਜੀ ਹਾਂਜੀ ਹਾਂ। ਅੱਛਾ, ਇਹ ਆਪਣੇ ਘਰੇ ਜੰਮਿਆ? ਆਪਣੇ ਘਰੇ ਜੰਮਿਆ ਵੀਰੇ। ਠੀਕ ਆ ਠੀਕ ਆ। ਹਾਂਜੀ, ਇਹ ਕਿਹੜੇ ਘੋੜੇ ਦਾ? ਇਹ ਵੀਰੇ ਦਲ ਸ਼ਿੰਗਾਰ ਘੋੜੇ ਦਾ ਬੱਚਾ ਹੈਗਾ ਜੀ। ਉਹ ਕਿੰਨਾ ਕੋਲੇ ਸੀ ਦਲ ਸ਼ਿੰਗਾਰ? ਉਹ ਵੀਰੇ ਆਪਣੇ ਜੋਗੇ ਬਾਬਾ ਜਿਹੜਾ ਮੋਹਾਲੀ ਤੋਂ ਸੀਗੇ ਜੀ, ਉਹਨਾਂ ਕੋਲ ਸੀਗਾ ਮੋਹਾਲੀ ਜੋਗਾ ਬਾਬਾ। ਹਾਂਜੀ ਹਾਂ, ਉਹਨਾਂ ਕੋਲੇ ਸੀਗਾ। ਤੇ ਉਸ ਘੋੜੇ ਦਾ ਇਹ ਬੱਚਾ? ਉਸ ਘੋੜੇ ਦਾ ਬੱਚਾ। ਤੇ ਉਹ ਕਿਹਦਾ ਸੀ? ਉਹ ਸੀਗਾ ਅਲੀਸ਼ਾਨ ਦਾ? ਉਹ ਅਲੀਸ਼ਾਨ ਦਾ ਡਾਇਰੈਕਟ ਬੱਚਾ ਸੀਗਾ। ਅੱਛਾ, ਇਹ ਅਲੀਸ਼ਾਨ ਦਾ ਪੋਤਰਾ ਆ ਗਿਆ? ਪੋਤਰਾ ਆ ਗਿਆ, ਪੋਤਰਾ ਉਹਦੇ ਮੱਥੇ ਪਟਾ ਸੀਗਾ। ਤੇ ਬਾਈ, ਜਦੋਂ ਇੱਕ ਜਾਨਵਰ ਘਰੇ ਜੰਮਿਆ ਹੁੰਦਾ ਤੇ ਖਰੀਦਿਆ ਹੁੰਦਾ, ਉਹਦੇ 'ਚ ਥੋੜਾ ਜਿਹਾ ਫਰਕ ਹੁੰਦਾ? ਹਾਂਜੀ ਬਾਈ ਜੀ। ਬਈ, ਜਿਹੜਾ ਘਰੇ ਜੰਮਿਆ ਹੁੰਦਾ ਉਹ ਕਿਤੇ ਨਾ ਕਿਤੇ ਆਪਣੇ ਬੱਚਿਆਂ 'ਚ ਸ਼ਾਮਲ ਹੋ ਜਾਂਦਾ। ਸਹੀ ਗੱਲ ਆ ਬਾਈ, ਹਨਾ? ਆਪਣੇ ਪਰਿਵਾਰ 'ਚ ਸ਼ਾਮਲ ਹੋ ਜਾਂਦਾ। ਸਹੀ ਆ ਜੀ। ਉਹ ਆਪਾਂ ਨੂੰ ਐਂ ਲੱਗਣ ਲੱਗ ਜਾਂਦਾ ਵੀ ਜਾਂ ਬੰਦੇ ਦਾ ਭਰਾ ਬਣ ਜਾਂਦਾ ਜਾਂ ਪੁੱਤ ਬਣ ਜਾਂਦਾ। ਸਹੀ ਗੱਲ ਆ ਵੀਰੇ, ਸਹੀ ਆ। ਹਾਂਜੀ ਹਾਂਜੀ। ਇਹ ਕੀ ਆ ਫਿਰ ਤੁਹਾਡਾ? ਕੀ ਇਹ ਵੀਰੇ? ਪੋਤੀ ਆਪਣਾ ਇਹ? ਹਾਂ ਹਾਂਜੀ ਹਾਂ, ਇਹ ਆਪਣਾ ਪੋਤੀ ਹੈਗਾ ਜੀ। ਵੀ ਮੰਨ ਲਓ ਵੀ ਇਹਨੂੰ ਆਪਾਂ ਜਾਣਦੇ, ਮੈਂ ਨਹੀਂ ਯਾਰ, ਸਾਡਾ ਸਾਰਾ ਹੀ ਜਿੰਨੋ, ਮੰਨ ਲਓ ਵੀ ਮੇਰੇ ਮੁੰਡੇ ਨੇ ਦੋ ਛੋਟੇ ਛੋਟੇ, ਤੇ ਬਾਪੂ, ਤੇ ਘਰੋਂ ਵੀ ਸਾਰੇ ਇਹਨੂੰ ਮੰਨ ਲਓ ਵੀ ਪੂਰਾ ਤਿਉਹ ਕਰਦੇ ਨੇ। ਜਿਹੜੇ ਵੀ ਸਾਡੇ ਰਿਸ਼ਤੇਦਾਰ ਨੇ ਪਹਿਲਾਂ ਇਹਦੇ ਬਾਰੇ ਪੁੱਛਣਗੇ ਵੀ ਜਾਣਦੀ ਇਹਨੂੰ ਵੀ ਘਰ ਦਾ ਅਸੀਂ ਮੈਂਬਰ ਹੀ ਮੰਨਦੇ ਆ ਵੀਰੇ। ਵੀ ਸੁੱਖ ਸਾਂਦ ਜਦੋਂ ਫੋਨ ਆਉਂਦਾ ਤੇ ਉਹ ਸੁੱਖ ਸਾਂਦ ਇਹਦੀ ਨਾਲ ਹੁੰਦੀ ਹੈ, ਇਹਦੀ ਨਾਲ ਹੁੰਦੀ ਹੈਗੀ। ਵੀ ਇਹ ਜਾਣਦੀ ਆਪਣੇ ਘਰ ਦਾ ਸ਼ਿੰਗਾਰ ਹੀ ਹੈ ਵੀਰੇ, ਮੰਨ ਲਾ ਵੀ ਮੈਂਬਰ ਆ ਗਿਆ ਇੱਕ ਇਹ। ਆਪਾਂ ਇਹ ਕਹਿ ਸਕਦੇ ਵੀ ਆਉਣ ਵਾਲੇ ਸਮੇਂ 'ਚ ਜੇ ਵਿਆਹਾਂ ਦਾ ਕਾਰਡ ਆਇਆ ਕਰੂਗਾ ਤਾਂ ਉਦੋਂ ਵੀ ਭਾਈ ਇਹਨੂੰ ਕਿਹਾ ਕਰਨਗੇ, ਕਿਹਾ ਕਰਨਗੇ ਗੱਲ ਜਾਇਆ ਜਾਵੇ ਬਾਈ। ਹਾਂ ਵੀ ਵਿਆਹ ਤੇ ਭਾਈ ਨਾਲ ਲੈ ਕੇ ਆਇਆ, ਨਾਲ ਲੈ ਕੇ ਆਇਆ। ਸਹੀ ਹੈ ਬਾਈ। ਇਹ ਬਾਈ ਇੱਕ ਤਾਂ ਹੁੰਦਾ ਨਾ ਵੀ, ਇੱਕ ਤਾਂ ਹੁੰਦਾ ਮੰਨਣ ਦੀ ਗੱਲ ਵੀ ਇਹ ਤਾਂ ਤੁਸੀਂ ਮੰਨ ਲਿਆ ਵੀ ਇਹ ਸਾਡਾ ਪੁੱਤ ਆ। ਹਾਂਜੀ ਬਾਈ। ਇਹ ਕਿੰਨਾ ਕੁ ਮੰਨਦਾ ਵੀ ਇਹ ਮੇਰਾ ਬਾਪੂ? ਇਹ ਵੀਰੇ ਬਹੁਤ ਜ਼ਿਆਦੇ, ਜਿਵੇਂ ਵੀ ਮੰਨ ਲਓ ਵੀ ਕਹਿ ਦਈਏ ਘੋੜੇ ਨੂੰ, ਕਈ ਵੀਰੇ ਘੋੜੇ ਦੇਖਦੇ ਆਪਾਂ ਧੱਕਾ ਕਰਦੇ ਨੇ ਜਾਂ ਅੜਬਾਈ ਕਰਦੇ ਨੇ, ਇਹੋ ਜਿਹੀ ਚੀਜ਼ ਇਹ 'ਚ ਜਮੀ ਨਹੀਂ ਹੈਗੀ। ਮੈਂ ਨਾ ਅੱਜ ਜਦੋਂ ਘੋੜਾ ਫਲਮਾ ਰਹੇ ਸੀ, ਮੈਂ ਤੇ ਪ੍ਰੀਤ, ਅਸੀਂ ਪਹਿਲਾਂ ਘੋੜਾ ਫਲਮਾ ਕੇ ਆਏ ਹਾਂ, ਉਸ ਤੋਂ ਬਾਅਦ ਇੰਟਰਵਿਊ ਕਰ ਰਹੇ ਹਾਂ। ਅਤੇ ਜਦੋਂ ਨਾ ਘੋੜਾ ਫਲਮਾ ਰਹੇ ਸੀ ਨਾ ਬੇਟਾ, ਅਤੇ ਉਦੋਂ ਨਾ ਇਹ ਜਦੋਂ ਕੋਈ ਸ਼ਰਾਰਤ ਕਰਦਾ ਸੀ ਤਾਂ ਬਾਈ ਮਾੜਾ ਜਿਹਾ ਇਹਨੂੰ ਰੋਕ ਦਿੰਦਾ ਸੀ, ਅਤੇ ਅਸੀਂ ਇੱਕ ਬਾਲ ਕੱਟਣੇ ਸੀ ਥੋੜ੍ਹੇ ਜਿਹੇ, ਅਤੇ ਉਦੋਂ ਇਹ ਸ਼ਰਾਰਤ ਕਰਦਾ ਸੀ, ਬਾਈ ਨੇ ਦੋ ਦਬਕੇ ਮਾਰੇ ਇਹਨੂੰ, ਅਤੇ ਨਾਲ ਦੀ ਨਾਲ ਹੀ ਐਂ ਮੋਮ ਜਿਵੇਂ ਪਗੜ ਜਾਂਦੀ ਹੁੰਦੀ ਹੈ ਨਾ, ਆਪਾਂ ਸੇਕ ਲਵਾ ਦਿੰਦੇ ਹੁੰਦੇ ਅਤੇ ਪਗੜ ਜਾਂਦੀ ਹੁੰਦੀ ਹੈ, ਅਤੇ ਉਹਨੂੰ ਜਿਹੋ ਜਿਹਾ ਮਰਜ਼ੀ ਰੂਪ ਦੇ ਲਾ ਵੀ ਉਵੇਂ ਆ। ਜਦੋਂ ਜੇ ਠੰਡੀ ਮੋਮ ਆ ਤਾਂ ਸਖਤ ਆ, ਤੇ ਜਦੋਂ ਮਾੜਾ ਜਿਹਾ ਦਬਕਾ ਮਾਰਦਾ ਮਾਰ ਉਹਦੀ ਮੋਮ ਬਣ ਜਾਂਦਾ ਵੀਰੇ, ਵੀ ਜਾਣਦੀ ਫਿਰ ਇਹਨੂੰ ਐਂ ਹੋ ਜਾਂਦਾ ਹੈਗਾ ਵੀ ਮੈਨੂੰ ਘੂਰਤਾ। ਫਿਰ ਇਹ ਜਾਣਦੀ ਵਧੀਆ, ਜਿਵੇਂ ਇਹਨੂੰ ਕਹਿਣੇ ਆ ਵੀ ਮਾਂਗਰਲਾ ਪੈਰ ਚੱਕਣਾ ਜਾਂ ਜਿਵੇਂ ਵੀ ਨੀ, ਬਹੁਤ ਘੋੜੇ ਵੀਰੇ ਦੇਖਦੇ ਆ ਅੜਬਾਈਆਂ ਕਰਦੇ ਨੇ, ਪਰ ਇਹ ਜਿਹੀ ਅੜਬਾਈ ਇਹ 'ਚ ਕੋਈ ਨੀ, ਕੋਈ ਲੱਤ ਲੁੱਤ ਨਹੀਂ ਮਾਰਦਾ ਇਹ। ਵੀ ਬਹੁਤ ਦੇਖਦੇ ਆ ਕਈ ਵਾਰੀ ਬਾਹਰ ਜਾਂਦੇ ਘੋੜੇ ਲੱਤ ਕੱਢ ਜਾਂਦੇ ਨੇ, ਜੇ ਲੱਤ ਕਈ ਵਾਰੀ ਖਹਿ ਵੀ ਜਾਂਦੀ ਆ, ਚਲੋ ਜਾਨਵਰ ਆ ਵੀਰੇ ਹਨਾ, ਕਈ ਵਾਰੀ ਖਹਿ ਵੀ ਜਾਂਦੀ ਆ, ਫਿਰ ਇਹਨੂੰ ਆਪਦੇ ਆਪ ਨੂੰ ਡਰ ਹੋ ਜਾਂਦਾ ਗਾ ਵੀ ਇਹ ਗਲਤ ਹੋ ਗਿਆ, ਮੈਥੋਂ ਗਲਤੀ ਹੋ ਗਿਆ, ਕਿਹਾ ਜਗਰਾਵਾਂ ਮੰਡੀ 'ਚ ਇਹਨੇ ਮੇਰੀ ਲੱਤ ਕੱਢਤੀ ਸੀਗੀ, ਤੁਰੇ ਜਾਂਦਾ ਸੀ ਉਹ ਤੋਂ ਚੌੜ 'ਚ, ਤਾਂ ਇੱਥੇ ਲੱਤ ਵੱਜੀ ਹਲਕੀ ਜਿਹੀ, ਟੱਚ ਹੀ ਹੋਈ। ਜਦੋਂ ਮੰਨ ਲਓ ਟੱਚ ਤਾਂ ਹੋ ਗਈ, ਇਹਨੂੰ ਐਂ ਹੋ ਗਿਆ ਸਾਰੀ ਮੰਡੀ 'ਚ, ਜਦੋਂ ਮੰਨ ਲਓ ਜਾ ਕੇ ਅਸੀਂ ਉੱਥੇ ਬੰਨ ਵੀ ਦਿੱਤਾ, ਇਹਦੇ ਮਨ 'ਚ ਧੜਕੂ ਜਿਹਾ ਰਿਹਾ, ਤੇ ਹਰ ਇੱਕ ਕੋਈ ਕਹਿੰਦਾ ਸੀ ਬਾਈ ਡਰਿਆ ਜਿਹਾ ਖੜਾ, ਕਹੀਂ ਐਂ ਜੇ ਬਾ
ਸੀਗਾ ਅਜੇ ਜਦੋਂ ਇਹਨੂੰ ਜਾਂਦੀ ਪਲੋਸਿਆ ਜਾ ਵੀ ਵਧੀਆ ਪਿਆਰ ਜੇ ਨਾਲ ਉਵੇਂ ਕੀਤਾ ਫਿਰ ਘੋੜੇ ਨੇ ਆਪਦਾ ਦਿਲ ਖੋਲਿਆ ਵੀ ਹਾਂ ਇਹਨੂੰ ਕੋਈ ਗੁੱਸਾ ਗਿਲਾ ਨਹੀਂ ਹੈਗਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਗੁੱਸਾ ਜਾ ਬੰਦੇ ਨੂੰ ਲੱਗ ਜਾਂਦਾ ਗਾ ਉਸ ਲੋਟ ਮੰਨ ਲਓ ਵੀਰੇ ਕੋਈ ਇਹੋ ਜਿਹੇ ਚੋ ਹੋਣੀ ਹੈਗਾ दिमाग जे च रही जिवें मान लो वी आपां नूं कहिंदे ने वी आजा चल कोई नी आपां नूं इहो जांदा वी चल कोई नी कड़ती गल इहने फिर जाणदी इह वीरे गलती जे मन लैंदा मूरले बंदे दी सेहत दा अंदाजा नहीं रहिंदा नहीं रहिंदा गल सही है फिर भी मैं देखिया बहुत घोड़े जिहड़े अपने घरे पल जांदे आ ना हां जी जदों उहनां दे उत्ते कोई बच्चा बिठा ला हां ਬੜਾ ਮੁੰਡਾ ਵੀ ਬਿਠਾ ਲੈ ਜਦੋਂ ਮੰਨ ਲਓ ਵੀ ਕਿਤੇ ਗੇੜਾ ਲਾਉਣੇ ਆ ਗਏ ਤੇ ਕਈ ਵਾਰ ਮੂਹਰੇ ਫੜ ਕੇ ਬਹਿ ਜਾਂਦਾ ਮੈਂ ਛੋਟੇ ਨੂੰ ਵੀ ਜਾਂ ਵੱਡੇ ਮੁੰਡੇ ਨੂੰ ਫਿਰ ਇਹ ਮੰਨ ਲਓ ਵੀ ਜਿਹੜੀ ਕਦਮ ਇਹਨੇ ਚੱਕ ਲਿਆ ਮੰਨ ਲਓ ਇੰਨਾ ਸਟੈਪ ਰੱਖ ਲਿਆ ਪੈਰਾਂ ਦਾ ਤੇ ਉਹੀ ਰੱਖਣਾ ਗਾ ਨਾ ਤਾਂ ਇਹਨੇ ਤੇਜ਼ ਕਰਨਾ ਨਾ ਹੌਲੀ ਕਰਨਾ ਫਿਰ ਇਹਦਾ ਮੰਨ ਲਓ ਵੀ ਕਈ ਵਾਰੀ ਸਾਹਣ ਜਾਨਵਰ ਦੇਖ ਕੇ ਭੜਕ ਜਾਂਦਾ ਗਾ ਵੀ ਮੰਨ ਲਓ ਵੀ ਉਹੋ ਜਿਹੀ ਸਥਿਤੀ ਆ ਜਾਂਦਾ ਤੇ ਇਹ ਚ ਉਹੋ ਜਿਹੀ ਚੀਜ਼ ਕੋਈ ਨਹੀਂ ਰਹਿੰਦੀ ਹੈਗੀ ਜਿੰਨਾ ਟਾਈਮ ਜਵਾਕ ਉੱਤੇ ਬੈਠਾ ਗਾ ਜਦੋਂ ਆਪਾਂ ਤੰਗ ਬੰਨ ਲਿਆ ਤਾਂ ਉਦੋਂ ਉਹ ਚੀਜ਼ ਖਤਮ ਹੋ ਗਈ ਉਦੋਂ ਇਹ ਸਿਰਫ ਸਵਾਰੀ ਬਣ ਗਿਆ ਵੀਰੇ ਜਦੋਂ ਹੋ ਗਿਆ ਦੂਜਾ ਜਦੋਂ ਆਪਾਂ ਛੱਡਣਾ ਜਾਂ ਜਿਹੜੇ ਕੰਮ ਤੇ ਜਦੋਂ ਜਿਹੜੇ ਜੌਬ ਤੇ ਉਸੇ ਤੇ ਪੂਰਾ ਵੀਰੇ ਐਂ ਨਹੀਂ ਹੈਗਾ ਵੀ ਜਾਣਦੀ ਇੱਕ ਪਾਸੋਂ ਵੀ ਐਂ ਹੁੰਦਾ ਬੰਦਾ ਵੀ ਵੱਧ ਹੁੰਦਾ ਜਾਂ ਘੱਟ ਹੁੰਦਾ ਵੀ ਉਸ ਲੋਟ ਨਹੀਂ ਹੈਗਾ ਵੀ ਜਾਣਦੀ ਜਿਵੇਂ ਕਹਿ ਦਿੰਦੇ ਆ ਵੀ ਉਵੇਂ ਕਹਿੰਦਾ ਵੀ ਬਸ ਠੀਕ ਆ ਤੇ ਫਿਰ ਬਾਈ ਫੀਸ ਕੀ ਰੱਖਤੀ ਇਹਦੀ ਇਹਦੀ ਵੀਰੇ ਫੀਸ 15,000 ਰੁਪਈਆ ਗਈ ਆਪਣੀ 15,000 ਰੁਪਈਆ ਤੇ ਹੁਣ ਬੱਚੇ ਜਵਾਕ ਜੱਲੇ ਆ ਗਏ ਹਾਂਜੀ ਹਾਂ ਵੀਰੇ ਆ ਗਏ ਜੀ ਕਿਉਂਕਿ ਹੁਣ ਇਹ ਉਮਰ ਦਾ ਪੂਰਾ ਹੋ ਗਿਆ 4 ਦੰਦ ਹੋ ਗਿਆ ਮੱਥੇ ਫੁੱਲ ਆਇਆ ਵੀਰੇ 3 ਪੈਰ ਚਿੱਟੇ ਮੰਨ ਲਓ 4-5 ਬੱਚੇ ਆ ਗਏ ਵੀਰੇ ਇਹਦੇ ਠੀਕ ਹੈ ਬਾਈ ਵਧੀਆ ਜਾਣਦੀ ਚੰਗੇ ਬੱਚੇ ਬਾਈ ਹੁਣ ਗਰਮੀਆਂ 'ਚ ਕੀ ਖੁਰਾਕ ਚੱਲਦੀ ਹੈ ਕੀ ਖੁਰਾਕ ਪਾਉਂਦੇ ਗਰਮੀਆਂ 'ਚ ਵੀਰੇ ਹੁਣ ਜ਼ਿਆਦਾਤਰ ਚੌਕਰ ਪਾਉਂਦੇ ਆ ਵੀ ਜ਼ਿਆਦੇ ਫੈਟ ਤੋਂ ਗਰਮੈਸ਼ ਜ਼ਿਆਦਾ ਕਰਦੇ ਆ ਫਿਰ ਜਿਵੇਂ ਅਗਲਾ ਕਹਿ ਦਿੰਦਾ ਕਣਕ ਦੀ ਲਿੱਟੀ ਜਾਂ ਹੋਰ ਉਹ ਗਰਮ ਹੋ ਜਾਂਦਾ ਹਾਂ ਉਹ ਗਰਮ ਹੋਇਆ ਹੁਣ ਜਿਉਂ ਚੱਲਦੇ ਨੇ ਬਸ ਵੀਰੇ ਜਾਂ ਇਹਦੇ ਤੇ ਜਾਂ ਚੌਕਰ ਜੀ ਚੌਕਰ ਚੱਲਦੇ ਹਾਂਜੀ ਜਿਹੜੀ ਇੰਨੀ ਮਤਲਬ ਇਹਦੇ 'ਚ ਤੰਦਰੁਸਤੀ ਆ ਉਹ ਸਿਆਲਾਂ ਵੇਲੇ ਦੀ ਆ ਜਾਂ ਗਰਮੀਆਂ 'ਚ ਵੀ ਐਂ ਰਹਿ ਜਾਂਦਾ ਗਰਮੀਆਂ 'ਚ ਵੀ ਵੀਰੇ ਐਂ ਰਹਿ ਜਾਂਦੀ ਹੈ ਟੁੱਟਦਾ ਨਹੀਂ ਹਾਂ ਟੁੱਟਣੀ ਨਹੀਂ ਦਿੰਦੇ ਵੀਰੇ ਫਿਰ ਮਨ ਜਿਹਨੂੰ ਐਂ ਜਦੋਂ ਕਿਤੇ ਮੰਡੀ 'ਤੇ ਜਾਂਦੇ ਜਿਵੇਂ ਕਈਆਂ ਦਾ ਐਂ ਜ਼ੋਰ ਹੁੰਦਾ ਵੀ ਜਾ ਕੇ ਮੰਡੀ ਤੋਂ ਮਹੀਨਾ ਕੁ ਪਹਿਲਾਂ ਹੀ ਜ਼ੋਰ ਲਾਉਂਦੇ ਹੁੰਦੇ ਨੇਗੇ ਘੋੜਿਆਂ ਵਾਲੇ ਕਈ ਪ੍ਰੋਪਰ ਹੀ ਚੱਲਦਾ ਰਹਿੰਦਾ ਹਨਾ ਕਈ ਜ਼ਿਆਦਾ ਖਰਖਰਾ ਉਦੋਂ ਹੀ ਵੱਜਣ ਲੱਗਦਾ ਗਾ ਜਾਂ ਸੋਹ ਹੁੰਦੇ ਨੇ ਜਾਂ ਮੰਡੀਆਂ ਹੁੰਦੀਆਂ ਨੇ ਉਹ ਤਾਂ ਆਪਾਂ ਦੇਖਦੇ ਹਾਂ ਵੀ ਕਿੰਨਾ ਕੁ ਅਗਲੇ ਤੋਂ ਖਰਖਰਾ ਵੱਧਦਾ ਜਾਂ ਹੋਰ ਕਈ ਜਿਹੜੇ ਸਕੀਨ ਨੇ ਉਹ ਮਾਰਦੇ ਨੇ ਗੇ ਆਪਾਂ ਇਹ ਨਹੀਂ ਕਹਿੰਦੇ ਕਿ ਮਾਰਦੇ ਨੇ ਜਿਹੜੇ ਸਕੀਨ ਨੇ ਵਧੀਆ ਮਾਰਦੇ ਨੇ ਵੀ ਮੰਨ ਲਓ ਵੀ ਆਪਾਂ ਇਹਨੂੰ ਪ੍ਰੋਪਰ ਹੀ ਉਨੀ ਖੁਰਾਕ ਦਿੰਦੇ ਹਾਂ ਵੀਰੇ ਉਵੇਂ ਹੀ ਚੱਲੀ ਜਾਂਦਾ ਵੀ ਇਹਦੀ ਸਦਾ ਦੀਵਾਲੀ ਲੁੜ ਗਈ ਹੋਈ ਆ ਹਾਂ ਇਹਦੀ ਮੰਨ ਲਓ ਵੀ ਉਹੀ ਚੀਜ਼ ਚੱਲਦੀ ਹੈ ਵੀ ਐਂ ਨਹੀਂ ਹੈਗਾ ਵੀ ਗਰਮੀ ਆ ਗਈ ਵੀ ਇਹਨੂੰ ਘਟਾ ਦਈਏ ਨਹੀਂ ਇਹਨੂੰ ਉਨਾ ਦੇਣਾ ਪੈਣਾ ਹੀ ਪੈਣਾ ਗਾ ਠੀਕ ਆ ਤੇ ਆ ਜਾਓ ਮਾੜਾ ਜਿਹਾ ਆਪਾਂ ਜਿੰਦਾ ਆਰ ਪਰਿਵਾਰ ਆਇਆ ਸਾਰਿਆਂ ਨਾਲ ਜਾਣ ਪਛਾਣ ਕਰਾ ਦਈਏ ਹਨਾ ਹਾਂ ਸਹੀ ਆ ਆਮ ਤਾਂ ਅਸੀਂ ਕੋਸ਼ਿਸ਼ ਕਰਦੇ ਹੁੰਨੇ ਮੈਂ ਤੇ ਪ੍ਰੀਤ ਜਿੱਥੇ ਵੀ ਜਾਈਏ ਉੱਥੇ ਜਿੰਨਾ ਆਰ ਪਰਿਵਾਰ ਆਇਆ ਹੁੰਦਾ ਉਹਨਾਂ ਦਾ ਇੱਕ ਸੀਨ ਲਾ ਦਈਦਾ ਉਹਦੇ ਨਾਲ ਪਤਾ ਕੀ ਹੁੰਦਾ ਮੈਂ ਤੁਹਾਨੂੰ ਅੱਗੇ ਵੀ ਇੱਕ ਗੱਲ ਕਹਿਣਾ ਹੁੰਨਾ ਹਮੇਸ਼ਾ ਕਿ ਘੋੜਿਆਂ ਵਾਲਿਆਂ ਦੇ ਟਰੰਕਾਂ ਦੇ ਵਿੱਚ ਪੈਸੇ ਨਹੀਂ ਹੁੰਦੇ ਵੀ ਤੁਸੀਂ ਐਂ ਨਹੀਂ ਕਹਿ ਸਕਦੇ ਵੀ ਘੋੜਿਆਂ ਵਾਲਿਆਂ ਦੇ ਟਰੰਕ 'ਚ ਬਹੁਤ ਰੁਪਈਏ ਪਏ ਹੁੰਦੇ ਆ ਉਹ ਨਹੀਂ ਗੱਲ ਹੁੰਦੀ ਘੋੜਿਆਂ ਵਾਲਿਆਂ ਦੀ ਜਿਹੜੀ ਆਹ ਦੋਸਤੀ ਮਿੱਤਰਤਾ ਹੁੰਦੀ ਆ ਇਹੀ ਇਹਨਾਂ ਦੀ ਦੌਲਤ ਹੁੰਦੀ ਆ ਇਹੀ ਇਹਨਾਂ ਦੀ ਪੂੰਜੀ ਆ ਇਹੀ ਪੂੰਜੀ ਇੱਕ ਇਹੋ ਜਿਹੀ ਹੁੰਦੀ ਆ ਵੀ ਜਿਹੜੀ ਇਹਨਾਂ ਦੇ ਨਾਲ ਬੁਰੇ ਵਕਤ 'ਚ ਖੜ ਜਾਂਦੇ ਆ ਵੀ ਜਿੱਥੇ ਆਪਾਂ ਪੈਸਾ ਜੋੜਦੇ ਹਾਂ ਅਤੇ ਪੈਸਾ ਵੀ ਅਸੀਂ ਬੁਰੇ ਵਕਤ ਲਈ ਹੀ ਜੋੜਦੇ ਹੁੰਦੇ ਹਾਂ ਉਸ ਤੋਂ ਬਾਅਦ ਢੇਰ ਲਾਉਣ ਦਾ ਤਾਂ ਬੇਸ਼ੱਕ ਕਿਸੇ ਨੂੰ ਮਰਜ਼ੀ ਸ਼ੌਕ ਹੋ ਜੇ ਪਰ ਅਸਲ ਦੇ ਵਿੱਚ ਆਪਾਂ ਬੁਰੇ ਵਕਤ ਲਈ ਹੀ ਪੈਸਾ ਜੋੜਦੇ ਹੁੰਦੇ ਹਾਂ ਪਰ ਬੁਰੇ ਵਕਤ 'ਚ ਪੈਸੇ ਨਾਲੋਂ ਵੀ ਜੇ ਜ਼ਿਆਦਾ ਪੂੰਜੀ ਆ ਜਿਹੜੀ ਦੋਸਤਾਂ ਵਾਲੀ ਕੰਮ ਆ ਜਾਂਦੀ ਆ ਮਾੜਾ ਜਿਹਾ ਜਾਣ ਪਛਾਣ ਕਰਾ ਦਿਓ ਬਾਈ ਸਾਰਿਆਂ ਨੂੰ ਹਾਂਜੀ 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 ਆਹ ਵੀਰੇ ਤੁਸੀਂ ਕੋਈ ਗੱਲ ਨਹੀਂ ਬੈਠੇ ਰਹੋ ਆਹ ਵੀਰਾ ਇਹ ਵੀਰ ਆਪਣੇ ਫਰਵਾਹੀ ਤੋਂ ਹੈ ਜੀ ਆਪਣਾ ਗਵਾਂਢੀ ਹੈ ਹਾਂ ਇਹ ਆਪਣਾ ਗਵਾਂਢੀ ਹੈ ਜੀ ਬਾਈ ਨੂੰ ਸ਼ੌਕ ਆ ਹਾਂਜੀ ਹਾਂ ਇਹਨੂੰ ਵੀ ਸ਼ੌਕ ਆ ਤੇ ਬਾਈ ਹੋਣੀ ਇਹ ਆਪਣਾ ਵੀ ਬਾਈ ਹੈ ਇਹ ਵੀ ਪਿੰਡ ਵੀ ਆ ਜੀ ਫਰਵਾਹੀ ਤੋਂ ਠੀਕ ਆ ਜੀ ਇਹ ਵੀਰ ਕਾਤਰੋਂ ਤੋਂ ਜੀ ਆਪਣੇ ਕਾਤਰੋਂ ਬਾਈ ਹਾਂਜੀ ਹਾਂ ਰਿਸ਼ਤੇਦਾਰ ਸਾਰੇ ਦੇਖ ਲਓ ਵੀ ਬਾਈ ਦੀ ਵੀਡੀਓ ਆ ਰਹੀ ਆ ਹਾਂ
ਤੇ ਇਹ ਬਾਈਕ ਨੌਰੀ ਤੋਂ ਆ ਜੀ ਆਪਣਾ ਇਹਨਾਂ ਕੋਲ ਕਾਲੀ ਘੋੜੀ ਆ ਗਈ ਵੀਰੇ ਤੁਰਦੀ ਆ ਵਧੀਆ ਰੇਵੀ ਆ ਠੀਕ ਹੈ ਜੀ ਠੀਕ ਹੈ ਇਹ ਮੰਡੀ ਤੇ ਮਿਲੇ ਆ ਹਾਂ 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 ਜੀ ਹਾਂਜੀ ਇਹ ਬਿਨੇਪਾਲਾ ਜੀ ਡਾਕਟਰ ਕਨੌਰ ਕਲਾਂ ਤੋਂ ਜੀ ਡਾਕਟਰ ਸਭ ਕਾਹਦਾ ਕੰਮ ਕਰ ਰਹੇ ਇਹ ਡੰਗਰਾਂ ਦੇ ਡਾਕਟਰ ਨੇਗੇ ਜੀ ਠੀਕ ਉਹ ਮੱਝਾਂ ਗਾਂ ਵਾਲੇ ਹਾਂ ਜੀ ਹਾਂ ਜੀ ਹਾਂ ਜੀ ਇਹਨਾਂ ਕੋਲ ਘੋੜੀ ਆ ਵੀਰੇ ਕਾਲੀ ਇੱਕ ਰੰਗੀ ਘੋੜੀ ਆ ਗਈ ਤੇ ਇਹਨਾਂ ਨਾਲ ਮਿੱਤਰਤਾ ਫਿਰ ਕਿਵੇਂ ਹਾਂ ਜੀ ਇਹਨਾਂ ਨਾਲ ਵੀਰੇ ਆਪਣਾ ਘੋੜਿਆਂ ਕਰਕੇ ਪ੍ਰੇਮ ਹੈਗਾ ਵੀ ਜਾਣਦੀ ਰਿਸ਼ਤੇਦਾਰਾਂ ਤੋਂ ਵੱਧ ਪ੍ਰੇਮ ਹੈਗਾ ਘੋੜ ਇਹਨਾਂ ਨਾਲ ਤੇ ਇਹ ਬਾਈ ਜੀ ਨੇ ਆਪਣੇ ਬੁੱਕਣਾਲ ਤੋਂ ਜੀ ਬੁੱਕਣਾਲ ਤੋਂ ਹਾਂ ਜੀ ਹਾਂ ਤੇ ਆ ਵੀਰੇ ਦਾ ਪਿੰਡ ਇਹ ਕਾਲਾ ਬੂਲਾ ਬਾਈ ਪੜਦੇ ਆ ਤੇ ਆ ਵੀਰਾ ਇਹ ਵੀਰ ਆਪਣਾ ਬੜੀ ਤੋਂ ਹੈਗਾ ਜੀ ਬੜੀ ਪਿੰਡ ਹਾਂ ਜੀ ਬੜੀ ਟਿੱਬਾ ਜੀ ਤੇ ਆ ਬਾਬਾ ਜੀ ਦਲੱਦੀ ਵਾਲੇ ਇਹ ਦਲੱਦੀ ਵਾਲੇ ਨੇ ਜਿਨ੍ਹਾਂ ਨੇ ਦੌੜਾਂ ਉੱਥੇ ਦੌੜਾਂ ਦੇ ਵਿੱਚ ਹਾਂ ਜੀ ਹਾਂ 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 ਠੀਕ ਹੈ ਜੀ ਇਹ ਆਪਣੇ ਬਾਪੂ ਜੀ ਨੇ ਜੀ ਬਾਪੂ ਜੀ ਠੀਕ ਹੈ ਜੀ ਹਾਂ ਜੀ ਹਾਂ ਠੀਕ ਹੈ ਤੇ ਆਪਣਾ ਹੈਗਾ ਗਾਹਾਂ ਛੋਟਾ ਭਰਾ ਹੈਗਾ ਜੀ ਇਹ ਛੋਟਾ ਭਰਾ ਹੈ ਪਰ ਘੋੜੇ ਵਾਲੇ ਮਸਲੇ 'ਚ ਫੰਕਸ਼ਨ ਘੋੜੇ ਦੇ ਇਹਨੂੰ ਵੱਧ ਪਤਾ ਇਹਨੂੰ ਵੱਧ ਪਤਾ ਹੈਗਾ ਜੀ ਹਾਂ ਘੋੜੇ ਦੇ ਸਾਰੇ ਫੰਕਸ਼ਨ ਸਾਰੇ ਜਾਣਦੀ ਮੰਨ ਲਓ ਜਿਹੜੇ ਏ ਤੋਂ ਲੈ ਕੇ ਜੱਟ ਥਾਈ ਨੇ ਫੰਕਸ਼ਨ ਇਹਨੂੰ ਵੱਧ ਪਤਾ ਹੈਗਾ ਜੀ ਸਾਡੇ ਜਿਵੇਂ ਇੱਕ ਤਾਂ ਬੰਦਾ ਹੁੰਦਾ ਵੀ ਗੱਡੀ ਲਿਆਉਂਦਾ ਉਹਨੂੰ ਕੱਲਾ ਸਟੀਅਰਿੰਗ ਜਾਂ ਸਿੱਧਾ ਕਰਨਾ ਉਹਦਾ ਕਲੱਚ ਬ੍ਰੇਕ ਹੀ ਪਤਾ ਹੁੰਦੇ ਆ ਇੱਕ ਬੰਦਾ ਹੁੰਦਾ ਜਿਹਨੂੰ ਸਾਰੇ ਫੰਕਸ਼ਨ ਹੀ ਪਤਾ ਹੁੰਦੇ ਆ ਵੀ ਆਹ ਗੱਡੀ ਇੱਥੋਂ ਐਂ ਕਰੂਗੀ ਇਹ ਉਵੇਂ ਆ ਹਾਂਜੀ ਹਾਂਜੀ ਹਾਂ ਇਹ ਮੈਂ ਵੇਖ ਲਿਆ ਸੀ ਸਾਰੇ ਫੰਕਸ਼ਨ ਜਾਣਦਾ ਘੋੜੇ ਦੇ ਤੇ ਇਹ ਬਾਈ ਰਹੀੜੇ ਤੋਂ ਆਪਣੇ ਭਰਾ ਠੀਕ ਹੈ ਜੀ ਹਾਂਜੀ ਹਾਂ ਇਹ ਵੀਰ ਆਪਣੇ ਨਾਲ ਸਹਿਯੋਗ ਆ ਇਹਨਾਂ ਦਾ ਫੁੱਲ ਜੀ ਪਹਿਲੀ ਵਾਰ ਅਸੀਂ ਜਗਰਾਉਂ ਮੰਡੀ ਤੇ ਮਿਲੇ ਸੀ ਬਾਈ ਦੋ ਘੋੜੇ ਲੈ ਕੇ ਆਇਆ ਸੀ ਹਾਂ 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 ਤੇ ਆ ਵੀਰਾ ਇਹ ਵੀਰ ਆਪਣਾ ਘਨੌਰ ਕਲਾਂ ਤੋਂ ਜੀ ਠੀਕ ਹੈ ਜੀ ਹਾਂਜੀ ਹਾਂਜੀ ਅਸਿਸਟੈਂਟਾ ਜੀ ਠੀਕ ਹੈ ਇਹ ਤੁਹਾਡਾ ਹਾਂ ਠੀਕ ਆ ਠੀਕ ਆ ਇਹ ਇਹ ਮੇਰਾ ਨਾ ਜਾਣ ਪਹਿਚਾਣ ਕਰਾਉਣ ਦਾ ਮਕਸਦ ਇਹ ਸੀ ਕੋਸ਼ਿਸ਼ ਕਰਿਆ ਕਰਾਂਗੇ ਅੱਗੇ ਤੋਂ ਵੀ ਇੱਕ ਤਾਂ ਇਹ ਸੀ ਕਿ ਜਦੋਂ ਮੈਂ ਤੇ ਪ੍ਰੀਤ ਨੇ ਆਉਣਾ ਹੁੰਦਾ ਤੇ ਮੈਨੂੰ ਇਸ ਗੱਲ ਦੀ ਬਹੁਤ ਚਾਹ ਹੁੰਦਾ ਯਾਰ ਐਵੇਂ ਨਾ ਪਿਆਰ ਕਰਨ ਵਾਲੇ ਮਿੱਤਰ ਆ ਜਿਹੜੇ ਉਹ ਇਕੱਠੇ ਹੋ ਜਾਂਦੇ ਆ ਇਹ ਇਹ ਬਹੁਤ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਯਾਰ ਵੀ ਕਿਸੇ ਥਾਂ 'ਤੇ ਤੁਸੀਂ ਜਾਣਾ ਤੁਹਾਡੇ ਲਈ ਲੋਕ ਯਾਰ ਆ ਰਹੇ ਆ ਤੁਹਾਨੂੰ ਮਿਲਣ ਲਈ ਆ ਰਹੇ ਆ ਹਨਾ ਅਤੇ ਬਾਕੀ ਇੱਥੋਂ ਘੋੜਿਆਂ ਵਾਲਿਆਂ ਦੀ ਇੱਕ ਜਿਹੜੀ ਪੂੰਜੀ ਆਪਾਂ ਇਹ ਕਹਿ ਸਕਦੇ ਕਿ ਇਹ ਬਾਈ ਦੀ ਜਾਇਦਾਦ ਆ ਜਿਹੜੀ ਬਾਈ ਬਿਨਾਂ ਵਸੀਅਤ ਕਿਰਾਏ ਤੋਂ ਆਪਣੇ ਬੱਚਿਆਂ ਨੂੰ ਜਾਇਦਾਦ ਦੇ ਜੂਗਾ ਇਹ ਇਹ ਜਾਇਦਾਦ ਆ ਜਿਹੜੀ ਅੱਗੇ ਚਲੀ ਜਾਣੀ ਆ ਆਮ ਹੀ ਅਕਸਰ ਹੀ ਆਪਾਂ ਬਾਪੂ ਦੀ ਮਿੱਤਰਤਾ ਹੈ ਜਿਹੜੀ ਉਹ ਤੁਹਾਡੇ ਕੰਮ ਆਉਂਦੀ ਹੋਊਗੀ ਵੀ ਔਰ ਬਾਪੂ ਦਾ ਯਾਰ ਆ ਸਹੀ ਹੈ ਵੀਰੇ ਸਹੀ ਤੇ ਇਹ ਇਹ ਜਿਹੜੀ ਇੱਕ ਇਹੋ ਜਿਹੀ ਜਾਇਦਾਦ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਬਿਨਾਂ ਵਸੀਅਤ ਕਿਰਾਏ ਤੋਂ ਬੰਦਾ ਅੱਗੇ ਆਪਣੇ ਬੱਚਿਆਂ ਨੂੰ ਦੇ ਜਾਂਦਾ ਤੇ ਇਹ ਇਹ ਕਿਹੋ ਜਿਹੀ ਜਾਇਦਾਦ ਇਹਨੂੰ ਆਪਾਂ ਇਸ ਤਰ੍ਹਾਂ ਦੀ ਜਾਇਦਾਦ ਵੀ ਕਹਿ ਸਕਦੇ ਹਾਂ ਵੀ ਜਿਹਦੇ 'ਚ ਜਿਹਦਾ ਕਿਸੇ ਨਾਲ ਰੌਲਾ ਵੀ ਨਹੀਂ ਪੈਂਦਾ ਬਾਅਦ ਦੇ ਵਿੱਚ ਬੰਦੇ ਦੇ ਜਾਣ ਤੋਂ ਬਾਅਦ ਕਿਸੇ ਨਾਲ ਰੌਲਾ ਨਹੀਂ ਪੈਂਦਾ ਨਹੀਂ ਪੈਂਦਾ ਗੱਲ ਬਸ ਇਹ ਸਿੱਧੀ ਜਾਇਦਾਦ ਅੱਗੇ ਨਾ ਹੋ ਜਾਂਦੀ ਆ ਬਸ ਹਾਂ ਅੱਗੇ ਉਹਨੂੰ ਸਾਂਭਣ ਵਾਲਾ ਸਾਂਭਣ ਵਾਲਾ ਹੋਣਾ ਚਾਹੀਦਾ ਗੱਲ ਸਹੀ ਹੈ ਵੀਰੇ ਹਾਂਜੀ ਸਾਂਭਣ ਵਾਲਾ ਹੋਵੇ ਤੇ ਇਹਦੇ ਪਿੱਛੇ ਰੌਲਾ ਨਹੀਂ ਕੋਈ ਪੈਂਦਾ ਇਹ ਇੱਕ ਮਿੱਤਰਤਾ ਇਹੋ ਜਿਹੀ ਜਾਇਦਾਦ ਹੁੰਦੀ ਆ ਬਾਕੀ ਮੈਂ ਫਿਰ ਯਾਦ ਕਰਾ ਦਿੰਦਾ ਤੁਹਾਨੂੰ ਆਪਾਂ ਘੋੜੇ 'ਤੇ ਫਿਰ ਮੁੜੇ ਆਉਂਦੇ ਹਾਂ ਕਿ ਬਾਈ ਹੁਣਾਂ ਕੋਲ ਜਿਹੜਾ ਘੋੜਾ ਇਹਦਾ ਕੱਦ ਕੱਦ ਨਹੀਂ ਆਪਾਂ ਦੱਸਿਆ ਬਾਈ 64 ਪਲੱਸ ਆ ਵੀਰੇ ਇਹਦਾ 64 ਪਲੱਸ ਇਹਦਾ ਕੱਦ ਹੈ ਅਲੀਸ਼ਾਨ ਘੋੜੇ ਦਾ ਪੋਤਰ ਹੈ ਤੇ ਬਾਬਿਆਂ ਵਾਲੇ ਕਿਹੜੇ ਕੀ ਘੋੜਾ ਦਾ ਨਾਮ ਜੋਗੇ ਬਾਬੇ ਦਾ ਜੀ ਦਲ ਸਿੰਗਾਰ ਘੋੜੇ ਦਾ ਨਾਮ ਸੀਗਾ ਜੀ ਇਹਦੇ ਪਿਓ ਦਾ ਨਾਮ ਅੱਛਾ ਉਹ ਰਿਹਾ ਨਹੀਂਗਾ ਉਹ ਅਬਾਨੀ ਫਾਰਮ ਬਾਗਿਆ ਜੀ ਵੇਖ ਕੇ ਅੱਛਾ ਉਹ ਰਿਲਾਇੰਸ ਵਾਲੇ ਲੈ ਗਏ ਰਿਲਾਇੰਸ ਵਾਲੇ ਲੈ ਗਏ ਸੀਗੇ ਜੀ ਅੱਛਾ ਉਹ ਦਲ ਸ਼ਿੰਗਾਰ ਘੋੜੇ ਨੂੰ ਰਿਲਾਇੰਸ ਵਾਲੇ ਲੈ ਗਏ ਅਬਾਨੀ ਦੇ ਫਾਰਮ ਤੇ ਚਲੇ ਗਏ ਹਾਂਜੀ 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 ਤੇ ਉਹ ਇਹ ਦੋ ਤਿੰਨ ਬਾਬਾ ਜੀ ਚਲੇ ਗਏ ਹਾਂ ਬਾਬਾ ਜੀ ਦੇ ਵੀਰੇ ਡੈਥ ਹੋ ਗਈ ਸੀ ਉਹਨਾਂ ਦੀ ਆਪਣੇ ਤਾਂ ਮਤਲਬ ਭਰਾ ਵਾਲਾ ਰਿਸ਼ਤਾ ਸੀਗਾ ਠੀਕ ਹੈ ਤੋਂ ਆਪਣੇ ਬਾਬਾ ਜੀ ਨਾਲ ਲਵੇ ਰਹਿੰਦੇ ਰਹੇ ਨੇ ਬਚਪਨ ਤੋਂ ਉਹ ਤੇ ਫਿਰ ਬਾਬਾ ਜੀ ਨੇ ਉੱਥੇ ਦੇਤਾ ਸੀਗੇ ਸੇਵਾ 'ਚ ਉਹ ਹਾਂਜੀ ਹਾਂ ਤੇ ਅੱਛਾ ਉਹ ਉਹ ਚਲਿਆ ਗਿਆ ਅਵਾਨੀਆਂ ਕੋਲੇ ਭਾਈ ਤੇ ਉਹਦੀ ਉਹਦਾ ਬੱਚਾ ਹੈ ਜਿਹੜਾ ਬਾਈ ਹੁਣਾਂ ਦੇ ਕੋਲੇ ਆ ਫੀਸ 15,000 ਰੁਪਇਆ ਬਾਈ ਹੁਣਾਂ ਨੇ ਰੱਖੀ ਆ ਘੋੜਾ ਕਿਹੋ ਜਿਹਾ ਲੱਗਿਆ ਅਤੇ ਬਾਕੀ ਬਾਈ ਹੁਣਾਂ ਦੇ ਯਾਰ ਮਿੱਤਰਾਂ ਦਾ ਦਾਇਰਾ ਕਿਹੋ ਜਿਹਾ ਲੱਗਿਆ ਦੱਸਿਓ ਜ਼ਰੂਰ ਕਮੈਂਟ ਕਰ ਲਿਓ ਬਾਈ ਹੁਣਾਂ ਨੂੰ ਫੋਨ ਕਰ ਲਿਓ ਅਤੇ ਇੱਕ ਗੱਲ ਬਾਈ ਸਰਬਜੀਤ ਮੈਂ ਤੁਹਾਨੂੰ ਲਾਸਟ 'ਤੇ ਹੋਰ ਪੁੱਛਦਾ ਵੀ ਜੇ ਕੋਈ ਬੰਦੇ ਨੇ ਮਿੱਤਰ ਨੇ ਕਿਸੇ ਨੇ ਘੋੜੀ ਲੈਣੀ ਹੋਵੇ ਯਾਰ ਐਂ ਘੋੜੀਆਂ ਘਾੜੀਆਂ ਦਵਾ ਦਿੰਦੇ ਆ ਤੁਸੀਂ ਹਾਂਜੀ ਹਾਂ ਘੋੜੀਆਂ ਦਾ ਵਪਾਰ ਵਪੂਰ ਕਰ ਲੈਂਦੇ ਆ ਹਾਂਜੀ ਵੀਰੇ ਵਪਾਰ ਕਰ ਦਿਆਂਗੇ ਇਹ ਵੀਰੇ ਪਤਾ ਆਪਣੇ ਜਗ੍ਹਾ ਦੀ ਸੈਟਲਮੈਂਟ ਜੀ ਕੀਤੀ ਸੀਗੀ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਵੀ ਫੈਮਿਲੀ ਮੈਂਬਰ ਮੰਗੂ ਜੀ ਜਿਹੜੇ ਬਾਕੀ ਆਪਣੇ ਜਾਨਵਰ ਨੇ ਉਹ ਬਾਈ ਹੁਣੀਆਂ ਕੋਲ ਨੇ ਰਹੀੜੀ ਖੜੇ ਨੇਗੇ ਅੱਛਾ ਰਹੀੜੀ ਖੜੇ ਹਾਂ ਹਾਂ ਇਹ ਕਿੰਨੇ ਕੁ ਜਾਨਵਰ ਆ ਜਿਹੜੇ ਆਪਣੇ ਕੋਲੇ ਆਪਣੇ ਕੋਲੇ ਵੀਰੇ ਹੁਣ ਇੱਕ ਬੱਚਾ ਆਪਾਂ ਹੋਰ ਤਿਆਰ ਕਰ ਰਹੇ ਹਾਂਗੇ ਜੀ ਨੀਲਾ ਜੀ ਜੀ ਤੇ 61 ਇੰਚ ਮੰਨ ਲਓ ਫੱਟੀ ਵਾਲਾ ਕਾ ਹੈਟ ਆ ਗਈ ਹੋਈ ਦੀ ਉਹ ਹਲੇ ਹਾਂ ਹਲੇ ਮੈਨੂੰ ਬਾਈ ਨੇ ਫੋਟੋ ਦਿਖਾਈ ਹਾਂ ਜੀ ਹਾਂ ਹਾਂ ਦੁੱਧ ਦੰਦੀ ਆ ਜੀ ਹਲੇ ਹਾਂ ਮੱਥੇ ਪਟਾ ਹਾਂ ਜੀ ਚਾਰੇ ਪੈਰ ਚਿੱਟੇ ਜੀ ਜੀ ਤੇ ਉਹ ਹੈਗਾ ਜੀ ਇੱਕ ਕਾਲੀ ਘੋੜੀ ਆ
ਇੱਕ ਹੋਰ ਆ ਗਈ ਜੀ ਘੋੜੀ। ਉਹਨਾਂ ਚੋਂ ਵੇਚਣ ਵਾਲੇ ਜਾਨਵਰ ਹੈਗੇ? ਵੇਚਣ ਵਾਲੇ ਆਏ ਆ ਵੀਰੇ। ਹੁਣ ਵੇਚਣ ਵਾਲੇ ਪਹਿਲਾਂ ਇੱਕ ਬਛੇਰੀ ਸੀਗੀ, ਉਹ ਵੇਚਤੀ, ਫਿਰ ਉਹ ਦੂਜੇ ਰੱਖੇ ਹੋਏ ਨੇ ਜਿਹੜੇ ਚੰਗੇ ਜਾਨਵਰ ਨੇ ਉਹ ਰੱਖੇ ਹੋਏ ਨੇ। ਜੇ ਡਿਮਾਂਡ ਆਊਗੀ ਤਾਂ ਕਿਸੇ ਨੂੰ ਲੈ ਦੇਵੋਗੇ? ਹਾਂ ਹਾਂ ਲੈ ਦੇਵਾਂਗੇ ਵੀਰੇ। ਉਹ ਬਸ ਠੀਕ ਆ ਬਈ। ਸੱਜਣੋ ਜੇ ਕਿਸੇ ਮਿੱਤਰ ਨੇ ਕੋਈ ਘੋੜੀ ਖਰੀਦਣ ਦਾ ਸ਼ੌਕੀਨ ਹੋਵੇ ਤਾਂ ਬਾਈ ਹੁਣਾਂ ਨਾਲ ਸੰਪਰਕ ਕਰ ਸਕਦਾ। ਜੇ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਡਿਮਾਂਡ ਆ ਤਾਂ ਬਾਈ ਹੁਣੀ ਭਾਲ ਦੇਣਗੇ, ਤੁਹਾਨੂੰ ਘੋੜੀ ਭਾਲ ਸਕਦੇ ਆ। ਤੁਰੇ ਫਿਰਦੇ ਆ, ਹਿੰਮਤੀ ਆ, ਰਿਲੇਸ਼ਨ ਆ ਘੋੜਿਆਂ ਵਾਲਿਆਂ ਦੇ ਨਾਲ। ਇਹਨਾਂ ਦੀ ਨਿਗਾਹ ਦੇ ਵਿੱਚ ਜਾਨਵਰ ਹੁੰਦੇ ਵੀ ਆ ਜਿਹੜੇ ਮਤਲਬ ਬਕਾਊ ਹੁੰਦੇ ਆ। ਜਿਹੋ ਜਿਹੇ ਮਹਿੰਗੇ ਸਸਤੇ ਮੁੱਲ ਦਾ ਹੁੰਦਾ ਬਾਈ ਹੁਣਾਂ ਕੋਲ, ਮਤਲਬ ਸਾਰੇ ਤਰ੍ਹਾਂ ਦੇ ਜਾਨਵਰ ਆ ਜਿਹੜੇ ਨਿਗਾਹ 'ਚ ਹੁੰਦੇ ਆ। ਵੀਡੀਓ ਕਿਹੋ ਜਿਹੀ ਲੱਗੀ ਦੱਸਿਓ ਜ਼ਰੂਰ। ਜਿਉਂਦੇ ਵਸਦੇ ਰਹੋ। ਬਹੁਤ ਬਹੁਤ ਧੰਨਵਾਦ। ਕੱਟ ਲਾ ਪ੍ਰੀਤ।